ਰਾਜ ਸਭਾ ਦੇ ਵਿੱਚ 3 ਤਲਾਕ ਬਿੱਲ ਨੂੰ ਪਾਸ ਕਰਾਉਣ ਦੇ ਸਮਰਥਨ ਦੇ ਵਿੱਚ 99 ਵੋਟਾਂ ਪਈਆਂ, ਜਦਕਿ ਬਿੱਲ ਦੇ ਵਿਰੋਧ ਵਿੱਚ 84 ਵੋਟਾਂ ਪਈਆਂ। ਇਸ ਤਰ੍ਹਾਂ ਨਾਲ 3 ਤਲਾਕ ਬਿੱਲ ਰਾਜ ਸਭਾ 'ਚ ਪਾਸ ਹੋ ਗਿਆ। ਬਿੱਲ ਦੇ ਪਾਸ ਹੋਣ ਨਾਲ ਦੇਸ਼ ਵਿੱਚ ਹੁਣ 3 ਤਲਾਕ ਵਰਗੀ ਕੁਪ੍ਰਥਾ ਦਾ ਅੰਤ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸ ਬਿੱਲ ਦੇ ਵਿਰੋਧ ਵਿੱਚ ਕਈ ਸਿਆਸੀ ਪਾਰਟੀਆਂ ਦੇ ਵੱਲੋਂ ਰਾਜ ਸਭਾ 'ਚ ਵਾਕਆਊਟ ਕੀਤਾ ਗਿਆ ਸੀ ਅਤੇ ਬਿੱਲ ਨੂੰ ਸਿਲੈਕਟਿਵ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਗਈ ਸੀ, ਪਰ ਉਸ ਲਈ ਵੀ ਕਰਵਾਈ ਗਈ ਵੋਟਿੰਗ ਦੌਰਾਨ 100 ਵੋਟਾਂ ਬਿੱਲ ਨੂੰ ਸਿਲੈਕਟਿਵ ਕਮੇਟੀ ਕੋਲ ਨਾ ਭੇਜਣ ਦੇ ਹੱਕ ਵਿੱਚ ਭੁਗਤੀਆਂ, ਜਦਕਿ 84 ਵੋਟਾਂ ਕਮੇਟੀ ਕੋਲ ਭੇਜਣ ਦੇ ਹੱਕ ਦੇ ਵਿੱਚ ਸਨ। ਵਿਧੇਯਕ ਪਾਰਿਤ ਹੋਇਆ ਹੈ, ਯਾਨੀ 3 ਤਲਾਕ ਅਬ ਕੁਛ ਹੀ ਦਿਨੋਂ ਮੇਂ ਪੂਰੀ ਤਰ੍ਹਾਂ ਪ੍ਰਤੀਬੰਧਿਤ ਹੋ ਜਾਏਗਾ, ਇਸਕੇ ਲਈ ਕਾਨੂੰਨ ਬਣ ਜਾਏਗਾ। ਇਹ ਕੇਵਲ ਕਿਸੇ ਮਤ ਮਜ਼ਹਬ ਜਾਂ ਜਾਤੀ ਕੇ ਲਈ ਨਹੀਂ, ਬਲਕਿ ਨਾਰੀ ਗਰਿਮਾ ਔਰ ਉਨਕੇ ਸਨਮਾਨ ਕੀ ਰਕਸ਼ਾ ਕੇ ਲਈ ਆਵਸ਼ਕ ਥਾ। ਮਹਿਲਾ ਔਰ ਪੁਰਸ਼ ਕੇ ਬੀਚ ਮੇਂ ਕਿਸੇ ਪ੍ਰਕਾਰ ਕਾ ਭੇਦਭਾਵ ਨਾ ਹੋ। ਭਾਰਤ ਕੇ ਸੰਵਿਧਾਨ ਨੇ ਭਾਰਤ ਕੇ ਪ੍ਰਤੀਕ ਨਾਗਰਿਕ ਕੋ ਜਾਤੀ, ਮਤ, ਮਜ਼ਹਬ, ਲਿੰਗ ਜਾਂ ਕਿਸੇ ਵੀ ਅਨਿਆ ਆਧਾਰ ਪਰ ਕਿਸੇ ਵੀ ਪ੍ਰਕਾਰ ਕੇ ਭੇਦਭਾਵ ਕੇ ਲਈ ਕੋਈ ਸਥਾਨ ਨਹੀਂ ਦਿਆ ਹੈ। ਦੇਖੀਏ, ਬੜਾ ਮਿੱਥਿਆ ਪ੍ਰਚਾਰ ਹੈ। ਕਾਂਗਰਸ ਪੂਰੀ ਤਰ੍ਹਾਂ ਸੇ ਸਮਰਥਨ ਕਰਤੀ ਹੈ 3 ਤਲਾਕ ਕੋ ਰੱਦ ਕੀਆ ਜਾਏ। ਕਾਂਗਰਸ ਪੂਰੀ ਤਰ੍ਹਾਂ ਸੇ ਸਮਰਥਨ ਕਰਤੀ ਹੈ ਉੱਚਤਮ ਨਿਆਇਲੇ ਜਿਸਨੇ ਰੱਦ ਕੀਆ ਹੈ ਉਸਕੋ ਮਾਨਾ ਜਾਏ, ਔਰ ਹਮ ਪ੍ਰਾਵਧਾਨ ਨੰਬਰ 3 ਸੈਕਸ਼ਨ 3 ਕਾ ਵੀ ਸਨਮਾਨ ਕਰਤੇ ਹੈ। ਹਮਾਰਾ ਸਿਰਫ ਮੂਲ ਵਿਰੋਧ 2-3 ਮੁੱਦੋਂ ਪਰ ਹੈ। ਏਕ ਕਿ ਜਬ ਆਪਨੇ 3 ਤਲਾਕ ਰੱਦ ਕਰ ਦਿਆ, ਮੈਨੇ ਆਪਕੋ 3 ਤਲਾਕ ਦਿਆ, ਵੋ ਵਾਕਯ ਰੱਦ ਹੋ ਗਿਆ, ਉਸਕਾ ਕਾਨੂੰਨੀ ਅਸਤਿਤਵ ਕੁਛ ਨਹੀਂ ਹੈ। ਉਸਕੇ ਬਾਅਦ ਇਹ ਆਵਸ਼ਕ ਕਿਉਂ ਹੈ ਕਿ ਆਪ ਮੁਝੇ ਜੇਲ ਭੇਜੇ? ਜੋ ਸ਼ਾਦੀ ਹੈ ਬਰਕਰਾਰ ਹੈ, ਤਲਾਕ ਰੱਦ ਹੈ, ਫਿਰ ਆਪ ਪਤੀ ਦੇਵ ਕੋ ਜੇਲ ਕਿਉਂ ਭੇਜਣਾ ਚਾਹਤੇ ਹੈ? ਇਸ ਬਿੱਲ ਦੇ ਪਾਸ ਹੋਣ ਨਾਲ ਪਹਿਲਾਂ ਮੁਸਲਿਮ ਸਮਾਜ ਅੰਦਰ ਤਲਾਕ 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 3 ਵਾਰ ਕਹਿਣ ਉੱਤੇ ਤਲਾਕ ਹੋ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਏਗਾ। ਲੋਕ ਸਭਾ ਤੇ ਰਾਜ ਸਭਾ ਵਿੱਚ 3 ਤਲਾਕ ਬਿੱਲ ਪਾਸ ਹੋ ਜਾਣ ਮਗਰੋਂ ਹੁਣ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਭੇਜਿਆ ਜਾਏਗਾ, ਜਿੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੰਵਿਧਾਨਿਕ ਤੌਰ ਤੇ ਅਮਲ ਦੇ ਵਿੱਚ ਆਏਗਾ। ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ।